ਤਪ ਕੀਤਾ ਪੀਰਾਂ ਗੁਰੂਆਂ ਮਹਾਤਮਾ ਨੇ, ਹੁੰਦਾ ਇਸ ਥਾਨ ਜੋਗਾ ਪੂਜਣੇ ਮਰੀਦਾਂ ਦਾ, ਜਿਉਂਦਿਆਂ ਬਿਸ਼ੱਕ ਹੋਣ ਚੰਮ ਦੇ ਚਲਾਏ ਸਿੱਕੇ, ਨਾਮ ਨਾ ਨਿਸ਼ਾਨ ਰਹਿੰਦਾ ਪੰਬ ਰੱਬ ਲੀਦਾਂ ਦਾ। ਉਹ ਕਿਸ ਤਾਂ ਚੁਕਾਈਆਂ ਜਿਵੇਂ ਦੇ ਕੇ ਸਿਰ ਖਾਲਸੇ ਨੇ, ਸਾਡੇ ਕੋਲ ਪਿਆ ਖੱਬਾ ਸਾਂਭਿਆ ਰਸੀਦਾਂ ਦਾ, ਪਾਰਸਾ ਮਹਾਨ ਮੇਲੇ ਲੱਗਦੇ ਹਮੇਸ਼ ਰਹਿਣੇ, ਜਿਹੜੀ ਜਗ੍ਹਾ ਉੱਤੇ ਖੂਨ ਡੁੱਲਿਆ ਸ਼ਹੀਦਾਂ ਦਾ, ਜਿਹੜੀ ਜਗ੍ਹਾ ਉੱਤੇ ਖੂਨ ਡੁੱਲਿਆ ਸ਼ਹੀਦਾਂ ਦਾ। ਦਿਲ ਸ਼ੀਸ਼ਾ ਅੰਬਰੋਂ ਤਾਰਾ ਟੁੱਟ ਕੇ ਜੁੜਦੇ ਨਹੀਂ ਦੁਬਾਰਾ, ਦਿਲ ਸ਼ੀਸ਼ਾ ਅੰਬਰੋਂ ਤਾਰਾ ਟੁੱਟ ਕੇ ਜੁੜਦੇ ਨਹੀਂ ਦੁਬਾਰਾ, ਕਰ ਲੈ ਅਜੇ ਸੋਹਣਿਆ ਚਾਰਾ ਅਜੇ ਹੀਰਿਆ ਚਾਰਾ, ਜ਼ਿੰਦਗੀ ਮੁੱਕਦੀ ਜਾਂਦੀ ਏ ਜੀਵਨ ਦੀ ਫੁੱਲ ਕਿਆਰੀ ਵੀਰ ਨਾ ਸੁੱਕਦੀ ਜਾਂਦੀ ਏ, ਜੀਵਨ ਦੀ ਫੁੱਲ ਕਿਆਰੀ ਵੀਰ ਨਾ ਸੁੱਕਦੀ ਜਾਂਦੀ ਏ। ਕਰ ਕੁਝ ਹੋਸ਼ ਖੋਲ ਲੈ ਅੱਖਾਂ, ਇਥੋਂ ਹੋ ਕੇ ਤੁਰ ਗਏ ਲੱਖਾਂ, ਤੈਨੂੰ ਹੁਣ ਰੱਬ ਦੀਆਂ ਰੱਖਾਂ, ਹੁਣ ਰੱਬ ਦੀਆਂ ਰੱਖਾਂ, ਸਿਮਰਨ ਕਰ ਗੁਰਬਾਣੀ ਦਾ, ਇੱਥੇ ਉੱਥੇ ਹੋ ਇੱਕ ਸੁਹਾਰਾ ਪ੍ਰਾਣੀ ਦਾ, ਇੱਥੇ ਉੱਥੇ ਉਹ ਇੱਕ ਸੁਹਾਰਾ ਪ੍ਰਾਣੀ ਦਾ। ਦਿਲ ਸ਼ੀਸ਼ਾ ਅੰਬਰੋਂ ਤਾਰਾ ਟੁੱਟ ਕੇ ਜੁੜਦੇ ਨਹੀਂ ਦੁਬਾਰਾ, ਕਰ ਲੈ ਅਜੇ ਸੋਹਣਿਆ ਚਾਰਾ ਅਜੇ ਹੀਰਿਆ ਚਾਰਾ, ਜ਼ਿੰਦਗੀ ਮੁੱਕਦੀ ਜਾਂਦੀ ਏ ਜੀਵਨ ਦੀ ਫੁੱਲ ਕਿਆਰੀ ਵੀਰ ਨਾ ਸੁੱਕਦੀ ਜਾਂਦੀ ਏ, ਜੀਵਨ ਦੀ ਫੁੱਲ ਕਿਆਰੀ ਵੀਰ ਨਾ ਸੁੱਕਦੀ ਜਾਂਦੀ ਏ। ਕੁਝ ਹੋਸ਼ ਖੋਲ ਲੈ ਅੱਖਾਂ, ਇਥੋਂ ਹੋ ਕੇ ਤੁਰ ਗਏ ਲੱਖਾਂ, ਤੈਨੂੰ ਹੁਣ ਰੱਬ ਦੀਆਂ ਰੱਖਾਂ, ਸਿਮਰਨ ਕਰ ਗੁਰਬਾਣੀ ਦਾ, ਇੱਥੇ ਉੱਥੇ ਇਹੋ ਇੱਕ ਸੁਹਾਰਾ ਪ੍ਰਾਣੀ ਦਾ, ਇੱਥੇ ਉੱਥੇ ਉਹ ਇੱਕ ਸੁਹਾਰਾ ਪ੍ਰਾਣੀ ਦਾ। ਅੱਖੀਓ ਨੀਰਹ ਚੋਚੋ ਵਿੰਦਾ ਸਿਰ ਨਾ ਇੱਕ ਥਾਂ ਟਿਕ ਕੇ ਰਹਿੰਦਾ, ਅੱਖੀਓ ਨੀਰਹ ਚੋਚੋ ਵਿੰਦਾ ਸਿਰ ਨਾ ਇੱਕ ਥਾਂ ਟਿਕ ਕੇ ਰਹਿੰਦਾ, ਹੁਣ ਤਾਂ ਹਰ ਕੋਈ ਇਹੋ ਕਹਿੰਦਾ ਹਰ ਕੋਈ ਇਹੋ ਕਹਿੰਦਾ, ਬਸ ਹੁਣ ਕੂਚ ਤਿਆਰੀ ਏ ਇੱਥੋਂ ਤੁਰ ਜਾ।
ਕੇ ਤਾਈ ਨਾ ਅੰਨ ਛਕਾਇਆ, ਤੈਨੂੰ ਮਹਾਂਪੁਰਖਾਂ ਸਮਝਾਇਆ, ਮਹਾਂਪੁਰਖਾਂ ਸਮਝਾਇਆ, ਬੀਤੇ ਵਕਤ ਉੱਥੇ ਆਉਂਦੇ ਨਹੀਂ, ਲੰਘ ਗਏ ਬੱਦਣਾ ਤੋਂ ਪਾਣੀ, ਮੁੜ ਕੇ ਵਾਪਸ ਆਉਂਦੇ ਨਹੀਂ, ਲੰਘ ਗਏ ਬੱਦਣਾ ਤੋਂ ਪਾਣੀ, ਮੁੜ ਕੇ ਵਾਪਸ ਆਉਂਦੇ ਨਹੀਂ, ਜਿਹੜਾ ਚੱਲ ਜੇ ਤੀਰ ਕਮਾਨੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੈਸਟ ਕਲਗੀ ਤੋੜਾ ਦੇ ਸੰਗਤਾਂ ਦੇ ਭਰਪੂਰ ਹੁੰਗਾਰੇ ਤੋਂ ਬਾਅਦ ਆਪ ਜੀ ਦੀ ਸੇਵਾ ਵਿੱਚ ਫਿਰ ਪੇਸ਼ ਹੈ ਕਵੀਸ਼ਰ ਜਥਾ ਭਾਈ ਦਲਵੀਰ ਸਿੰਘ ਗਿੱਲ, ਪਿੰਡ ਜੌੜ ਸਿੰਘ ਵਾਲਾ, ਤਹਿਸੀਲ ਪੱਟੀ, ਜ਼ਿਲ੍ਹਾ ਸ੍ਰੀ ਤਰਨ ਤਾਰਨ ਸਾਹਿਬ। ਸਾਥੀ ਭਾਈ ਮਨਜੀਤ ਸਿੰਘ ਸੋਈ, ਪਿੰਡ ਅਬਦਾਲ ਸੋਈ, ਨਜ਼ਦੀਕ ਕੱਥੂ ਨੰਗਲ, ਸ੍ਰੀ ਅੰਮ੍ਰਿਤਸਰ ਸਾਹਿਬ। ਗਿਆਨੀ ਕਾਬਲ ਸਿੰਘ ਜੀ ਸੋਈ, ਪਿੰਡ ਕੋਟ ਮੌਲਵੀ, ਜ਼ਿਲ੍ਹਾ ਗੁਰਦਾਸਪੁਰ। ਅੱਜ ਦੇ ਦੀਵਾਨ ਵਿੱਚ ਦੋ ਸਿੱਖ ਪਰਿਵਾਰਾਂ ਦੀ ਕਹਾਣੀ ਆਪ ਜੀ ਦੀ ਸੇਵਾ ਵਿੱਚ ਕਵੀਸ਼ਰ ਜਥਾ ਪੇਸ਼ ਕਰ ਰਿਹਾ ਹੈ। ਸਿੱਖੀ ਕੀ ਹੈ ਇਸ ਦੀ ਬਾਬਤ ਚਾਰ ਲਾਈਨਾਂ ਸਵਰਗਵਾਸੀ ਗਿਆਨੀ ਸੋਹਣ ਸਿੰਘ ਜੀ ਸੀਤਲ ਦੇ ਸਪੁੱਤਰ ਸੁਰਜੀਤ ਸਿੰਘ ਮਤਵਾਲਾ ਕੈਨੇਡਾ ਵਾਲੇ ਲਿਖਦੇ ਨੇ। ਉਹ ਲਿਖਦੇ ਨੇ, ਆਪ ਵਾਹਿਗੁਰੂ ਸਾਰੇ ਹੀ ਗੁਣ ਦੇ ਕੇ ਇਸ ਜੱਗ ਦੇ ਉੱਤੇ ਬਣਾਈ ਸਿੱਖੀ ਦਸਾਂ ਜਾਮਿਆਂ ਵਿੱਚ ਪਾਲ ਪੋਸ ਹਾਥੀ ਰੱਬੀ ਰੂਪ ਪਰਵਾਨ ਚੜਾਈ ਸਿੱਖੀ, ਡਿੱਗੇ ਡੋਲੇ ਨਾ ਝੁਕੇ ਇਹ ਜ਼ੁਲਮ ਅੱਗੇ, ਐਸੀ ਦ੍ਰਿੜਤਾ ਪਾ ਸਜਾਈ ਸਿੱਖੀ, ਇਸ ਦਾ ਆਦ ਹੈ ਸੱਚ ਤੇ ਅੰਤ ਸੱਚ ਹੈ, ਦੱਸੋ ਕਿਵੇਂ ਫਿਰ ਜਾਊ ਮਟਾਈ ਸਿੱਖੀ। ਉਹ ਵਸੇ ਸਿੱਖੀ ਵਿੱਚ ਰੂਹ ਪਰਮਾਤਮਾ ਦੀ, ਜਾਂਦੀ ਰੂਹਾਂ ਦੇ ਨਾਲ ਹੰਡਾਈ ਸਿੱਖੀ, ਆਉਣਾ ਉਹਨਾਂ ਦਾ ਸਫਲ ਜਹਾਨ ਉੱਤੇ, ਜਿਨ੍ਹਾਂ ਸ਼ਰਧਾ ਦੇ ਨਾਲ ਨਵਾਈ ਸਿੱਖੀ।
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰ ਘਰ ਨਾਲ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਵੀ ਹਕੂਮਤਾਂ ਟਕਰਾਈਆਂ। ਸਮਾਂ ਆ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ। ਆਨੰਦਪੁਰ ਸਾਹਿਬ ਦੀ ਧਰਤੀ ਤੇ ਪਾਤਸ਼ਾਹ ਨੇ ਅਨੇਕਾਂ ਚੋਜ ਕੀਤੇ, ਅੰਮ੍ਰਿਤ ਦੀ ਦਾਤ ਦਿੱਤੀ, ਸਿੱਖ ਸੰਗਤ ਨੂੰ ਖਾਲਸੇ ਪੰਥ ਦਾ ਰੂਪ ਦਿੱਤਾ। ਬਾਈ ਧਾਰ ਦੇ ਪਹਾੜੀ ਰਾਜੇ, ਉਹ ਰਾਜੇ ਜਿਨ੍ਹਾਂ ਦੇ ਵੱਡ ਵਡੇਰਿਆਂ ਨੂੰ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾ ਕੇ ਲਿਆਂਦਾ ਸੀ, ਉਹਨਾਂ ਦੇ ਪੁੱਤ ਪੋਤਿਆਂ ਨੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਟੱਕਰ ਲੈਣੀ ਸ਼ੁਰੂ ਕੀਤੀ। ਕਈ ਵਾਰ ਤਲਵਾਰ ਲੈ ਕੇ ਮੈਦਾਨ ਵਿੱਚ ਆਏ, ਪਰ ਹਰ ਵਾਰ ਮੂੰਹ ਦੀ ਖਾ ਕੇ ਵਾਪਸ ਜਾਣਾ ਪੈਂਦਾ ਰਿਹਾ। ਆਖਿਰ ਬਾਦਸ਼ਾਹ ਔਰੰਗਜ਼ੇਬ ਨਾਲ ਉਹਨਾਂ ਨੇ ਪਹੁੰਚ ਕਰਕੇ ਬਾਦਸ਼ਾਹ ਤੋਂ ਬੜੀ ਵੱਡੀ ਗਿਣਤੀ ਵਿੱਚ ਫੌਜਾਂ ਲੈ ਕੇ ਬਾਈ ਧਾਰ ਦੇ ਪਹਾੜੀ ਰਾਜੇ ਸੂਬੇਦਾਰ ਸਰਹਿੰਦ ਵਜ਼ੀਰ ਖਾਨ, ਸੂਬੇਦਾਰ ਲਾਹੌਰ ਜ਼ਬਰਦਸਤ ਖਾਨ, ਬਾਈ ਜੇਠ 1761 ਬਿਕਰਮੀ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪਾ ਕੇ ਬੈਠ ਗਏ। ਬੜਾ ਲੰਮਾ ਸਮਾਂ ਘੇਰਾ ਪਿਆ ਰਿਹਾ। ਪਾਤਸ਼ਾਹ ਦੇ ਖਾਲਸੇ ਜੂਝ ਰਹੇ ਸਨ ਜ਼ਾਲਮਾਂ ਦੇ ਨਾਲ। ਸਮਾਂ ਆ ਗਿਆ ਦਸੰਬਰ ਮਹੀਨੇ ਦਾ, ਬਾਦਸ਼ਾਹ ਦੀਆਂ ਫੌਜਾਂ ਵੀ ਬਾਹਰ ਕਠਿਨਾਈ ਵਿੱਚ ਸਨ। ਉਹਨਾਂ ਨੇ ਆਪਣੇ ਵੱਲੋਂ ਆਪਣੇ ਧਰਮ ਦੀ ਆੜ ਲੈ ਕੇ ਪਾਤਸ਼ਾਹ ਦੇ ਸਾਹਮਣੇ ਸਾਹ ਖਾਣੀਆਂ ਸ਼ੁਰੂ ਕੀਤੀਆਂ। ਸਤਿਗੁਰੂ ਜਾਣਦੇ ਸਨ ਅਜੇ ਥੋੜ੍ਹਾ ਸਮਾਂ ਪਹਿਲਾਂ ਇਹਨਾਂ ਨੇ ਸੌਂਹਾਂ ਖਾ ਕੇ ਸਾਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਵਾਸਤੇ ਬੇਨਤੀਆਂ ਕੀਤੀਆਂ ਸਨ। ਸਤਿਗੁਰੂ ਕਿਲ੍ਹਾ ਛੱਡ ਕੇ ਥੋੜ੍ਹੀ ਦੂਰ ਗਏ ਸਨ, ਇਹਨਾਂ ਫੌਜਾਂ ਭੇਜ ਕੇ ਪਾਤਸ਼ਾਹ ਉੱਤੇ ਹਮਲਾ ਕਰ ਦਿੱਤਾ ਸੀ। ਸਤਿਗੁਰੂ ਨਹੀਂ ਸਨ ਕਰਦੇ ਅਤਵਾਰ ਇਹਨਾਂ ਪਖੰਡੀਆਂ ਦੀਆਂ ਸੌਂਹਾਂ ਉੱਤੇ। ਆਖਿਰ ਇਹਨਾਂ ਬਾਦਸ਼ਾਹ ਕੋਲੋਂ ਇੱਕ ਚਿੱਠੀ ਮੰਗਵਾਈ, ਪਾਤਸ਼ਾਹ ਨੂੰ ਫਿਰ ਬੇਨਤੀ ਕੀਤੀ, ਸਤਿਗੁਰੂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿਓ, ਅਸੀਂ ਤੁਹਾਡੀਆਂ ਫੌਜਾਂ ਨੂੰ ਤੁਹਾਡੀ ਸਿੱਖ ਸੰਗਤ ਨੂੰ ਕੁਝ ਵੀ ਨਹੀਂ ਕਵਾਂਗੇ, ਜਿਸ ਧਰਤੀ ਉੱਤੇ ਜਾਣਾ ਚਾਹੋ ਤੁਸੀਂ ਜਾ ਸਕਦੇ ਹੋ। ਖਾਲਸਿਆਂ ਨੇ ਵੀ ਬੇਨਤੀਆਂ ਕੀਤੀਆਂ, ਮਹਾਰਾਜ ਜਾਂ ਤਾਂ ਜ਼ਾਲਮਾਂ ਦੇ ਗਲ ਪੈ ਕੇ ਸ਼ਹਾਦਤ ਦਾ ਜਾਮ ਪੀ ਜਾਈਏ ਜਾਂ ਫਿਰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਜਾਈਏ। ਆਖਿਰ ਅਕਾਲ ਪੁਰਖ ਪਰਮਾਤਮਾ ਦਾ ਭਾਣਾ ਮੰਨਦਿਆਂ ਹੋਇਆ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਛੱਡਣ ਦੀ ਤਿਆਰੀ ਕੀਤੀ। ਸਤਿਗੁਰਾਂ ਨੇ ਗੁਰਬਖਸ਼ ਦਾਸ ਉਦਾਸੀ ਨੂੰ ਆਨੰਦਪੁਰ ਸਾਹਿਬ ਦੀ ਸੇਵਾ ਸੌਂਪਣ ਲੱਗਿਆ ਪਾਤਸ਼ਾਹ ਨੇ ਹੁਕਮ ਕੀਤਾ, ਗੁਰਬਖਸ਼ ਦਾਸ ਇਸ ਧਰਤੀ ਦੀ ਸੇਵਾ ਹੁਣ ਤੁਸੀਂ ਕਰੋਗੇ। ਪਾਤਸ਼ਾਹ ਦੇ ਸਾਹਮਣੇ ਮੱਥਾ ਟੇਕ ਕੇ ਚਰਨਾਂ ਉੱਤੇ ਨਮਸਕਾਰ ਕਰਦਿਆਂ ਹੋਇਆ ਆਖਿਆ, ਮਹਾਰਾਜ ਮੈਨੂੰ ਦਰਸ਼ਨ ਦੀਦਾਰੇ ਕਦੋਂ ਹੋਣਗੇ? ਸਤਿਗੁਰਾਂ ਨੇ ਆਖਿਆ, ਰਹਿ ਰਾਜ ਸਾਹਿਬ ਜੀ ਦੇ ਜਾਪ ਤੋਂ ਬਾਅਦ ਅਰਦਾਸ ਉਪਰੰਤ ਰੋਜ਼ਾਨਾ ਤੈਨੂੰ ਸਾਡੇ ਦਰਸ਼ਨ ਹੋਇਆ ਕਰਨਗੇ। ਸਤਿਗੁਰਾਂ ਨੇ ਆਪਣੇ ਖਾਲਸੇ ਨੂੰ ਤਿਆਰੀ ਦਾ ਹੁਕਮ ਦੇ ਦਿੱਤਾ। ਪਾਤਸ਼ਾਹ ਦਾ ਪਰਿਵਾਰ, ਸਾਹਿਬਜ਼ਾਦੇ, ਦੋਵੇਂ ਮਹਿਲ ਤੇ ਸਤਿਕਾਰਯੋਗ ਮਾਤਾ ਗੁਜਰੀ ਜੀ ਨਾਲ ਸਨ। ਸਤਿਗੁਰੂ ਘੋੜੇ ਉੱਤੇ ਅਸਵਾਰ ਹੋਏ, ਸਿੱਖ ਸੰਗਤਾਂ ਪਾਤਸ਼ਾਹ ਦੇ ਚਰਨ ਚੁੰਮ ਰਹੀਆਂ ਸਨ। ਸਤਿਗੁਰੂ 6 ਤੇ 7 ਪੋਹ ਦੀ ਦਰਮਿਆਨੀ ਰਾਤ ਨੂੰ ਸ਼੍ਰੀ ਆਨੰਦਪੁਰ ਸਾਹਿਬ ਨੂੰ ਛੱਡ ਕੇ ਅਕਾਲ ਪੁਰਖ ਪਰਮਾਤਮਾ ਦਾ ਭਾਣਾ ਮੰਨ ਕੇ ਪੁੱਲੀਆਂ ਹੋਈਆਂ ਰੂਹਾਂ ਨੂੰ ਤਾਰਨ ਵਾਲੇ, ਹਨੇਰੇ ਵਿੱਚ ਚਾਨਣਾ ਕਰਨ ਵਾਲੇ ਸਤਿਗੁਰੂ ਆਨੰਦਪੁਰ ਸਾਹਿਬ ਨੂੰ ਛੱਡ ਕੇ ਪਰਿਵਾਰ ਸਮੇਤ 500 ਖਾਲਸੇ ਸਮੇਤ ਜਿਵੇਂ ਸਰਸਾ ਵੱਲ ਨੂੰ ਰਮਕੇ ਰਮਕੇ ਤੁਰੇ, ਇੰਜ ਬਿਆਨ ਕੀਤਾ ਜਾ ਰਿਹਾ ਹੈ। ਛੱਡ ਰੌਣਕਾਂ ਬਣੀਆਂ ਤੇ ਛੱਡ ਮਹਿਲ ਮੁਨਾਰਿਆਂ ਨੂੰ, ਤੁਰੇ ਸੂਰਮੇ ਨਾਲ ਗੁਰਾਂ ਦੇ ਛੱਡ ਜਕਾਰਿਆਂ ਨੂੰ, ਤੁਰੇ ਸੂਰਮੇ ਨਾਲ ਗੁਰਾਂ ਦੇ ਛੱਡ ਜਕਾਰਿਆਂ ਨੂੰ, ਤੁਰੇ ਖਾਲਸਾ ਵਾਟ ਮੁਕੇ ਬਿਪਤਾ ਦੇ ਪੰਡਾਂ ਦੀ ਖਾਲੀ ਕਰਕੇ ਤੁਰ ਪਏ ਸਤਿਗੁਰ ਪੁਰੀ ਆਨੰਦਾਂ ਦੀ, ਖਾਲੀ ਕਰਕੇ ਤੁਰ ਪਏ ਸਤਿਗੁਰ ਪੁਰੀ ਆਨੰਦਾਂ ਦੀ। ਛੱਡ ਰੌਣਕਾਂ ਬਣੀਆਂ ਤੇ ਛੱਡ ਮਹਿਲ ਮੁਨਾਰਿਆਂ ਨੂੰ, ਤੁਰੇ ਸੂਰਮੇ ਨਾਲ ਗੁਰਾਂ ਦੇ ਛੱਡ ਜਕਾਰਿਆਂ ਨੂੰ, ਤੁਰੇ ਸੂਰਮੇ ਨਾਲ ਗੁਰਾਂ ਦੇ ਛੱਡ ਜਕਾਰਿਆਂ ਨੂੰ, ਤੁਰੇ ਖਾਲਸਾ
ਸ਼ੁਕਰ ਮਨਾ ਰਹੇ ਸੀ, ਛੋਟੇ ਪੱਤੇ ਗੋਦ ਬਿਠਾ ਕੇ ਮੂਰੇ ਜਾ ਰਹੇ ਸੀ, ਛੋਟੇ ਪੋਤੇ ਗੋਦ ਬਿਠਾ ਕੇ ਮੂਰੇ ਜਾ ਰਹੇ ਸੀ। ਠੰਡ ਸਿਆਲ ਦਸੀ ਨਾ ਠਾਰੇ ਦੁੱਧ ਜੈ ਦੰਦਾਂ ਦੀ, ਖਾਲੀ ਕਰਕੇ ਤੁਰ ਪਏ ਸਤਿਗੁਰਪੁਰੀ ਅਲੰਦਾਂ ਦੀ, ਖਾਲੀ ਕਰਕੇ ਤੁਰ ਪਏ ਸਤਿਗੁਰਪੁਰੀ ਅਲੰਦਾਂ ਦੀ। ਭਾਣਾ ਮਾਨੀ ਅਕਾਲ ਪੁਰਖ ਦਾ ਤੁਰ ਪਏ ਡੇਰੇ ਚੋਂ, ਭਾਣਾ ਮਾਨੀ ਅਕਾਲ ਪੁਰਖ ਦਾ ਤੁਰ ਪਏ ਡੇਰੇ ਚੋਂ, ਸੋਧ ਤੁਰੇ ਅਰਦਾਸਾ, ਸੋਧ ਤੁਰੇ ਅਰਦਾਸਾ, ਸੋਧ ਤੁਰੇ ਅਰਦਾਸਾ ਸੀ 10 ਲੱਖ ਦੇ ਘੇਰੇ ਚੋਂ, ਸੋਧ ਤੁਰੇ ਅਰਦਾਸਾ ਸੀ 10 ਲੱਖ ਦੇ ਘੇਰੇ ਚੋਂ। ਰੜੇ ਖਲੋ ਗਏ ਓਟ ਛੱਡ ਕਿਲਿਆਂ ਤੇ ਕੰਧਾਂ ਦੀ, ਖਾਲੀ ਕਰਕੇ, ਖਾਲੀ ਕਰਕੇ ਤੁਰ ਪਏ ਸਤਿਗੁਰਪੁਰੀ ਅਲੰਦਾਂ ਦੀ, ਖਾਲੀ ਕਰਕੇ ਤੁਰ ਪਏ ਸਤਿਗੁਰਪੁਰੀ ਅਲੰਦਾਂ ਦੀ। ਸਿੰਘ ਘੋੜੀਆਂ ਉੱਪਰ ਤੇ ਕੁਝ ਪੈਦਲ ਜਾ ਰਹੇ ਸੀ, ਤੱਕ ਅੰਬਰ ਦੇ ਤਾਰੇ ਨੈਣੋ ਨੀਰ ਵਹਾਰੇ ਸੀ, ਤੱਕ ਅੰਬਰ ਦੇ ਤਾਰੇ ਨੈਣੋ ਨੀਰ ਵਹਾਰੇ ਸੀ। ਮੂਰੇ ਜੋੜੀ ਲਾ ਲਈ ਸੀ ਵੱਡਿਆਂ ਫੁਰਜੰਦਾਂ ਦੀ, ਖਾਲੀ ਕਰਕੇ ਤੁਰ ਪਏ, ਖਾਲੀ ਕਰਕੇ ਤੁਰ ਪਏ ਸਤਿਗੁਰਪੁਰੀ ਅਲੰਦਾਂ ਦੀ, ਖਾਲੀ ਕਰਕੇ ਤੁਰ ਪਏ ਸਤਿਗੁਰਪੁਰੀ ਅਲੰਦਾਂ ਦੀ। ਪੋਦਾ ਮੀਨਾ ਠੰਡ ਸਿਆਲ ਦੀ ਸੀਨਾ ਠਾਰੇ ਪਈ, ਸਰਸਾ ਨਦੀ ਕਿਨਾਰੇ ਦਿਸਦੀ ਠਾਠਾਂ ਮਾਰੇ ਪਈ, ਹੋ ਸਰਸਾ ਨਦੀ ਕਿਨਾਰੇ ਦਿਸਦੀ ਠਾਠਾਂ ਮਾਰੇ ਪਈ। ਪਈ ਪਰਖ ਵਿੱਚ ਘੜੀ ਦਸੇ ਜੀ ਤੋਦਿਆਂ ਚੰਦਾਂ ਦੀ, ਖਾਲੀ ਕਰਕੇ, ਖਾਲੀ ਕਰਕੇ ਤੁਰ ਪਏ ਸਤਿਗੁਰਪੁਰੀ ਅਲੰਦਾਂ ਦੀ, ਖਾਲੀ ਕਰਕੇ ਤੁਰ ਪਏ ਸਤਿਗੁਰਪੁਰੀ ਅਲੰਦਾਂ ਦੀ। ਪੱਟ ਹਡਾਉਣੇ ਮਖਮਲ ਦੇ ਸਰਦੀ ਵਿੱਚ ਜਾ ਰਹੇ ਸੀ, ਪੱਟ ਹਡਾਉਣੇ ਮਖਮਲ ਦੇ ਸਰਦੀ ਵਿੱਚ ਜਾ ਰਹੇ ਸੀ, ਕੌਮ ਦੀ ਨਵੀਂ ਉਸਾਰੀ ਖਾਤਰ ਕਸ਼ਟ ਉਠਾ ਰਹੇ ਸੀ, ਕੌਮ ਦੀ ਨਵੀਂ ਉਸਾਰੀ ਖਾਤਰ ਕਸ਼ਟ ਉਠਾ ਰਹੇ ਸੀ। ਰੱਖੀ ਨਹੀਂ ਪਰਵਾਹ ਕਿਸੇ ਨੇ ਖਾਨਾ ਖਾਂਦਾ ਦੀ, ਖਾਲੀ ਕਰਕੇ, ਖਾਲੀ ਕਰਕੇ ਤੁਰ ਪਏ ਸਤਿਗੁਰਪੁਰੀ ਅਲੰਦਾਂ ਦੀ, ਖਾਲੀ ਕਰਕੇ ਤੁਰ ਪਏ ਸਤਿਗੁਰਪੁਰੀ ਅਲੰਦਾਂ ਦੀ। ਕਨੀਆਂ ਦੀ ਰਚਨਾ ਤੇ ਮਾਇਆ ਸਰਸਾ ਭੇਟ ਕਰੀ, ਦੁਖੀਆਂ ਦੇ ਦੁੱਖਾਂ ਦੀ ਗੱਠੜੀ ਹੱਸ ਕੇ ਸੀਸ ਤਰੀ, ਕਮੀਆਂ ਦੀ ਰਚਨਾ ਤੇ ਮਾਇਆ ਸਰਸਾ ਭੇਟ ਕਰੀ, ਦੁਖੀਆਂ ਦੇ ਦੁੱਖਾਂ ਦੀ ਗੱਠੜੀ ਹੱਸ ਕੇ ਸੀਸ ਤਰੀ, ਦੁਖੀਆਂ ਦੇ ਦੁੱਖਾਂ ਦੀ ਗੱਠੜੀ ਹੱਸ ਕੇ ਸੀਸ ਤਰੀ। ਮਸਤਾਂ ਰੀਲ ਲਗਾਤੀ ਸੀ, ਸਤਿਗੁਰ ਦੀਆਂ ਚੰਦਾਂ ਦੀ ਮਸਤਾਂ
ਪੂਰੀ ਆਨੰਦਾਂ ਦੀ ਖਾਲੀ ਕਰਕੇ ਤੁਰ ਪਏ ਸਤਿਗੁਰ ਪੂਰੀ ਆਨੰਦਾਂ ਦੀ। ਮਨੁੱਖਤਾ ਦੀਆਂ ਗੁਲਾਮੀ ਦੀਆਂ ਜੰਜੀਰਾਂ ਕੱਟਣ ਵਾਲੇ ਸਤਿਗੁਰੂ ਪਰਿਵਾਰ ਸਮੇਤ 500 ਖਾਲਸਿਆਂ ਸਮੇਤ ਜਾ ਰਹੇ ਸਨ। ਮੂਹਰੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਜਾ ਰਹੇ ਸਨ, ਪਿਛਲੇ ਬੰਨੇ ਭਾਈ ਜੀਵਨ ਸਿੰਘ ਤੇ ਸਾਹਿਬਜ਼ਾਦਾ ਅਜੀਤ ਸਿੰਘ ਰਖਵਾਲੀ ਕਰ ਰਹੇ ਸਨ। ਖੱਬੇ ਤੇ ਸੱਜੇ ਬਾਬਾ ਉਦੈ ਸਿੰਘ ਤੇ ਬਾਬਾ ਬਚਿੱਤਰ ਸਿੰਘ ਜਾ ਰਹੇ ਸਨ। ਰਮਕੇ ਰਮਕੇ ਸਤਿਗੁਰਾਂ ਦਾ ਵਹੀਰ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਗਿਆ। ਸਤਿਗੁਰਾਂ ਨੇ ਕੀਰਤਪੁਰ ਸਾਹਿਬ ਦੀ ਧਰਤੀ ਦੇ ਆਖਰੀ ਦੀਦਾਰ ਕਰਨ ਵਾਸਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਵਸਾਈ ਹੋਈ ਧਰਤੀ ਦੇ ਦਰਸ਼ਨ ਦੀਦਾਰੇ ਕੀਤੇ। ਕੀਰਤਪੁਰ ਸਾਹਿਬ ਵਿੱਚ ਸਿੱਖਾਂ ਦੇ 22 ਪਾਵਨ ਅਸਥਾਨ ਹਨ। ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਚਰਨ ਪਾਏ। 7ਵੇਂ ਤੇ 8ਵੇਂ ਸਤਿਗੁਰੂ ਜੀ ਦਾ ਜਨਮ ਇਸ ਧਰਤੀ ਉੱਤੇ ਹੋਇਆ। ਨਮਸਕਾਰ ਕਰਕੇ ਸਤਿਗੁਰੂ ਅੱਗੇ ਸਰਸਾ ਵੱਲ ਨੂੰ ਤੁਰ ਪਿਆ ਪਾਤਸ਼ਾਹ ਦਾ ਸਾਰਾ ਵਹੀਰ। ਸਤਿਗੁਰੂ ਸਰਸਾ ਦੇ ਕੰਢੇ ਉੱਤੇ ਜਾ ਕੇ ਪਹੁੰਚ ਗਏ। ਸਰਸਾ ਵਿੱਚ ਹੜ ਆਇਆ ਹੋਇਆ ਸੀ, ਉਧਰੋਂ ਜ਼ਾਲਮਾਂ ਨੇ ਆਪਣੀਆਂ ਕਸਮਾਂ ਛਿੱਕੇ ਉੱਤੇ ਟੰਗ ਕੇ ਜਾ ਐਲੀ ਦੇ ਨਾਰੇ ਮਾਰਦੇ ਹੋਏ ਪਾਤਸ਼ਾਹ ਦੇ ਪਿੱਛੇ ਆ ਰਹੇ ਸਨ। ਇੰਨੇ ਸਮੇਂ ਤੱਕ ਤੜਕਾ ਹੋ ਚੁੱਕਾ ਸੀ। ਨਗਾਰਚੀ ਸਿੰਘ ਨੇ ਨਗਾਰਾ ਵਜਾਇਆ, ਸਤਿਗੁਰਾਂ ਦੇ ਹਜ਼ੂਰ ਖਲੋਤੇ। ਭਾਈ ਦਇਆ ਸਿੰਘ ਸਾਹਿਬ ਦੀਆਂ ਨਜ਼ਰਾਂ ਪਾਤਸ਼ਾਹ ਦੀ ਨਜ਼ਰ ਨਾਲ ਮਿਲੀਆਂ। ਸਤਿਗੁਰਾਂ ਨੇ ਆਖਿਆ, ਭਾਈ ਦਇਆ ਸਿੰਘ ਅੰਮ੍ਰਿਤ ਵੇਲਾ ਹੋ ਗਿਆ ਹੈ, ਹੁਣ ਨਿਰੰਕਾਰ ਨਾਲ ਜੁੜਨ ਦਾ ਸਮਾਂ ਆ ਗਿਆ ਹੈ, ਹੁਣ ਆਸਾ ਦੀ ਵਾਰ ਦਾ ਕੀਰਤਨ ਇਸ ਸਰਸਾ ਦੀ ਸ਼ਾਹੀ ਟਿੱਬੀ ਉੱਤੇ ਹੋਏਗਾ। ਸਤਿਗੁਰਾਂ ਦੇ ਕੋਲ ਨਾ ਕੋਈ ਢੋਲਕੀ, ਨਾ ਕੋਈ ਚਿਮਟਾ, ਨਾ ਕੋਈ ਤੰਤੀ ਸਾਜ, ਅੱਜ ਸਤਿਗੁਰਾਂ ਦਾ ਸਾਜਾਂ ਦਾ ਸਾਥ ਕੀਰਤਨ ਦੇ ਨਾਲ, ਗੁਰਬਾਣੀ ਦੇ ਨਾਲ, ਹਵਾ ਦੀਆਂ ਤਰੰਗਾਂ ਤੇ ਪਾਣੀ ਦੀਆਂ ਛੱਲਾਂ ਦੇ ਰਹੀਆਂ ਸਨ। ਸਤਿਗੁਰਾਂ ਨੇ ਹੁਕਮ ਕਰ ਦਿੱਤਾ, ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ। ਤੇ ਉਧਰ ਜ਼ਾਲਮਾਂ ਦਾ ਮੁਕਾਬਲਾ ਕਰਨ ਵਾਸਤੇ ਭਾਈ ਜੀਵਨ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ, ਭਾਈ ਉਦੈ ਸਿੰਘ, ਬਾਬਾ ਬਚਿੱਤਰ ਸਿੰਘ ਆਦਿ ਖਾਲਸੇ ਜਿੰਨਾ ਚਿਰ ਪਾਤਸ਼ਾਹ ਆਸਾ ਦੀ ਵਾਰ ਦਾ ਕੀਰਤਨ ਕਰਦੇ ਰਹੇ, ਜ਼ਾਲਮਾਂ ਦਾ ਮੁਕਾਬਲਾ ਕਿਵੇਂ ਕਰ ਰਹੇ ਸਨ? ਆਪਣੇ ਮੁਖਾਰਬਿੰਦ ਤੋਂ ਕੀ ਪੜ ਰਹੇ ਸਨ ਸਤਿਗੁਰਾਂ ਦੇ ਖਾਲਸੇ? ਖਾਲਸੇ ਗਾ ਰਹੇ ਸਨ, ਉਹ ਅਸੀਂ ਵਾਰਸ ਹਾਂ ਪੰਥ ਦੀ, ਆਤਮਾ ਦੇ ਪੂਜਾ ਕੀਤੀ ਆ ਜਿਹਦੀ, ਨਿਹੰਗ ਬਣ ਕੇ ਕਦੇ ਚਰਖੀਆਂ ਤੇ, ਕਦੇ ਸੂਲੀਆਂ ਤੇ, ਕਦੇ ਤੀਰ ਤੇ, ਕਦੇ ਤੁਫੰਗ ਬਣ ਕੇ, ਮੌਤ ਸੁੰਦਰ ਸੁਹਾਗਣ ਹੈ ਖਾਲਸੇ ਦੀ, ਜਿਉਂ ਦੀ ਅੰਗ ਬਣ ਕੇ, ਮਰ ਦੀ ਸੰਗ ਬਣ ਕੇ ਅਸੀਂ ਜੰਮੇ ਤੇ ਸ਼ਮਾ ਤੇ ਰੂਪ ਚੜਿਆ, ਸੜੀਏ ਕਿਵੇਂ ਨਾ ਅਸੀਂ ਪਤੰਗ ਬਣ ਕੇ, ਜ਼ਾਲਮਾਂ ਦਾ ਮੁਕਾਬਲਾ ਸਰਸਾ ਦੀ ਸ਼ਾਹੀ ਟਿੱਬੀ ਉੱਤੇ ਖਾਲਸੇ ਕਿਵੇਂ ਕਰ ਰਹੇ ਸਨ? ਗੁਰਬਾਣੀ ਗਾ ਗਾ ਕੇ ਤੇ ਉਧਰ ਪਾਤਸ਼ਾਹ ਆਸਾ ਦੀ ਵਾਰ ਵਿੱਚ ਸਰਬ ਆਸਾ ਪੂਰਨ ਕਰਨ ਵਾਲੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਸਾ ਉੱਤੇ ਹੈ, ਇੰਜ ਕਰੀ ਜਾ ਰਹੇ ਸਨ। ਸਤ ਪੋ ਦਾ ਤੜਕਾ ਹੋ ਗਿਆ, ਕਲਗੀ ਤਰ ਫੁਰਮਾਉਂਦੇ ਨੇ, ਨਿਤ ਨੇਮ ਕਰੋ ਗੁਰ ਸਿੱਖੋ, ਦੁੱਖ ਸੁੱਖ ਤਾਂ ਨਿਤ ਆਉਂਦੇ ਨੇ, ਨਿਤ ਨੇਮ ਕਰੋ ਗੁਰ ਸਿੱਖੋ। ਜੀਵਨ ਸਿੰਘ ਅਜੀਤ ਸਿੰਘ ਨੇ ਦਿੱਤੀਆਂ ਤੋੜ ਦੀਵਾਰਾਂ ਨੇ, ਆਸਾ ਵਾਰ ਲਗਾ ਗੁਰ ਬੈਠੇ ਸਿੰਘ ਵਾਉਂਦੇ ਸੁੱਖ ਤਾਂ ਨਿਤ ਆਉਂਦੇ ਨੇ, ਨਿਤ ਨੇਮ ਕਰੋ ਗੁਰ ਸਿੱਖੋ। ਜੀਵਨ ਸਿੰਘ ਅਜੀਤ ਸਿੰਘ ਨੇ ਦਿੱਤੀਆਂ ਤੋੜ ਦੀਵਾਰਾਂ ਨੇ,
ਪੰਕਤੀਆਂ ਸਤਿਗੁਰ ਪੜਦੇ ਸੀ ਉਹਦੇ ਬਚਿੱਤਰ ਸਿੰਘ ਸੂਰਮੇ ਜਾ ਦੁਸ਼ਮਣ ਤੇ ਚੜਦੇ ਸੀ ਉਹਦੇ ਬਚਿੱਤਰ ਸਿੰਘ ਸੂਰਮੇ ਕੁੱਟ ਕੁੱਟ ਸਿਰ ਖੜੀਆਂ ਕੀਤੇ ਭਾਂਡੇ ਜੋ ਠਠਿਆਰਾਂ ਨੇ ਕੁੱਟ ਕੁੱਟ ਸਿਰ ਖੜੀਆਂ ਕੀਤੇ ਭਾਂਡੇ ਜੋ ਠਠਿਆਰਾਂ ਨੇ ਆਸਾ ਵਾਰ ਲਗਾ ਗੁਰ ਬੈਠੇ ਸਿੰਘ ਵਾਉਂਦੇ ਤਲਵਾਰਾਂ ਨੇ ਆਸਾ ਵਾਰ ਲਗਾ ਗੁਰ ਬੈਠੇ ਪਾਸੇ ਐਲੀ ਦੇ ਨਾਰੇ ਇੱਕ ਪਾਸੇ ਜੇ
ਸ਼ਮਾ ਵੇਖ ਕੇ ਭਸਮ ਹੋ ਗਏ। ਹਿੰਮਤ ਦਇਆਵਾਨ ਹੋ ਲੜਦੀ ਸਾਹ ਨਾ ਲਿਆ ਹੰਕਾਰਾਂ ਨੇ, ਆਸਾ ਵਾਰ ਲਗਾ ਗੁਰ ਬੈਠੇ ਸਿੰਘ ਵਾਉਂਦੇ ਤਲਵਾਰਾਂ ਨੇ, ਆਸਾ ਵਾਰ ਲਗਾ ਗੁਰ ਬੈਠੇ। ਮਸਤਾ ਪਾ ਕੇ ਭੋਗ ਸਤਿਗੁਰਾਂ ਮੁਕਾਬਲਾ ਕਰਨਾ ਔਖਾ ਹੋ ਜਾਏਗਾ, ਆਤਮ ਸਮਰਪਣ ਕਰ ਦਿਓ। ਪਰ ਖਾਲਸੇ ਕਹਿ ਰਹੇ ਸਨ ਜਿਉਂਦੀਆਂ ਜਾਗਦੀਆਂ ਕੌਮਾਂ ਕਦੇ ਆਤਮ ਸਮਰਪਣ ਨਹੀਂ ਕਰਦੀਆਂ, ਜਿੰਨਾ ਚਿਰ ਸਾਡੀ ਦੇਹ ਵਿੱਚ ਪ੍ਰਾਣ ਨੇ ਲੜਦੇ ਰਹਾਂਗੇ, ਜ਼ਾਲਮਾਂ ਦਾ ਮੁਕਾਬਲਾ ਕਰਦੇ ਰਹਾਂਗੇ, ਜ਼ੁਲਮ ਨੂੰ ਠੱਲ ਪਾ ਕੇ ਰਹਾਂਗੇ। ਪਾਤਸ਼ਾਹ ਦੇ ਖਾਲਸੇ ਗਾ ਰਹੇ ਸਨ ਅਸੀਂ ਅੰਮ੍ਰਿਤ ਦੀ ਦਾਤ ਖੰਡੇ ਦੀ ਧਾਰ ਵਿੱਚੋਂ ਲਈ ਹੈ, ਸਾਨੂੰ ਮਿਟਾਉਣ ਵਾਲਾ, ਸਾਨੂੰ ਮਾਰਨ ਵਾਲਾ, ਸਾਨੂੰ ਪਕੜਨ ਵਾਲਾ ਕੋਈ ਦੁਨੀਆਂ ਉੱਤੇ ਜੰਮਿਆ ਨਹੀਂ। ਖਾਲਸੇ ਗਾ ਰਹੇ ਸਨ ਦਸਮ ਪਿਤਾ ਦੇ ਬਾਟੇ ਵਿੱਚੋਂ ਸਿੰਘਾਂ ਨੂੰ ਮਿਲੀਆਂ ਤੌਫੀਕਾਂ, ਸਿੰਘ ਮਹੂਰਤ ਨਹੀਂ ਕਢਵਾਉਂਦੇ ਜੂਝਣ ਲਈ ਨਾ ਪੁੱਛਣ ਤਰੀਕਾ। ਉਧਰੋਂ ਪਿਆ ਆਸਾ ਦੀ ਵਾਰ ਦਾ ਭੋਗ, ਸਤਿਗੁਰੂ ਹੋਏ ਘੋੜੇ ਉੱਤੇ ਅਸਵਾਰ, ਪਾਤਸ਼ਾਹ ਨੇ ਆਪਣੀ ਸ੍ਰੀ ਸਾਹਿਬ ਬੇਮਿਆਨ ਕਰਕੇ ਪਾ ਕੇ ਰਕਾਬਾਂ ਉੱਤੇ ਭਾਰ, ਘੋੜਾ ਛੇੜ ਕੇ ਜੰਗ ਦੇ ਮੈਦਾਨ ਵਿੱਚ ਆ ਕੇ, ਜਦੋਂ ਸਤਿਗੁਰੂ ਮੈਦਾਨੇ ਜੰਗ ਵਿੱਚ ਆਏ ਖਾਲਸੇ ਵੱਧ ਵੱਧ ਕੇ ਕਿਵੇਂ ਲੜੇ, ਜ਼ਾਲਮਾਂ ਦੇ ਟੋਟੇ ਟੋਟੇ ਕਰਕੇ ਧਰਤੀ ਉੱਤੇ ਖਾਲਸਿਆਂ ਨੇ ਕਿਵੇਂ ਸੁੱਟੇ, ਉਹਨਾਂ ਲਾਈਨਾਂ ਨੂੰ ਕਾਬਲ ਸਿੰਘ ਤੇ ਮਨਜੀਤ ਸਿੰਘ ਇੰਜ ਬਿਆਨ ਕਰ ਰਹੇ ਹਨ। ਕੌਂ ਦੇਸੀ ਗੁਰਬਾਣੀ ਜੋ ਦੇ ਬੈਠੇ ਸਨ ਦੀਵਾਨ ਸਜਾ ਕੇ, ਸੂਲ ਕੇ ਤੇ ਦਲ ਦੁਸ਼ਮਣ ਦਾ ਪੈ ਗਿਆ ਕਸਮਾ ਕੁੱਲ ਪਲਾ ਕੇ, ਮਰਦੇ ਅਜੀਤ ਸਿੰਘ ਨੇ ਚੀਰ ਦਿੱਤੇ ਖੰਨਾ ਦੇ ਜੋਟੇ, ਸਰਸਾ ਕੰਡੇ ਸੂਰਮਿਆਂ ਨੇ ਕਰ ਦਿੱਤੇ ਦੁਸ਼ਮਣ ਦੇ ਟੋਟੇ। ਕੌਂ ਦੇਸੀ ਗੁਰਬਾਣੀ ਜੋ ਦੇ
ਖੁਸ਼ੀਆਂ ਕਈ ਸੀਨੇ ਕੋੜੀਆਂ ਪੈਰਾਂ ਕੋੜੀਆਂ ਪੈਰਾਂ ਹੇਠ ਤਾੜੇ ਕਰ ਦਿੱਤੇ ਕਈ ਟੁਕੜੇ ਟੁਕੜੇ ਵੱਖ ਹੱਥਾਂ ਤੋਂ ਹੋ ਗਏ ਪੋਟੇ ਸਰਸਾ ਕੰਡੇ ਸੂਰਮਿਆਂ ਨੇ ਕਰ ਦਿੱਤੇ ਦੁਸ਼ਮਣ ਦੇ ਟੋਟੇ ਸ਼ਹਾਦਤ ਦਾ ਜਾਮ ਹੱਸ ਹੱਸ ਕੇ ਪੀ ਰਹੇ ਸਨ। ਭਾਈ ਮਨੀ ਸਿੰਘ ਸਾਹਿਬ ਦਾ ਪਰਿਵਾਰ ਇਸ ਮਹਾਨ ਜੰਗ ਵਿੱਚ ਬੜੀ ਵੱਡੀ ਗਿਣਤੀ ਵਿੱਚ ਸੇਵਾ
ਕਰਕੇ ਆਪਣੇ ਆਪ ਨੂੰ ਸਫਲਾ ਕਰ ਰਿਹਾ ਸੀ। ਇਸ ਜੰਗ ਵਿੱਚ ਭਾਈ ਮਨੀ ਸਿੰਘ ਆਪ, ਉਹਨਾਂ ਦਾ ਸਾਹਿਬਜ਼ਾਦਾ ਬਾਬਾ ਬਚਿੱਤਰ ਸਿੰਘ, ਭਾਈ ਉਦੈ ਸਿੰਘ ਇਸ ਮਹਾਨ ਜੰਗ ਵਿੱਚ ਸ਼ਹਾਦਤ ਦਾ ਜਾਮ ਪੀ ਗਿਆ। ਸਤਿਗੁਰਾਂ ਨੇ ਪਰਿਵਾਰ ਨੂੰ ਸਰਸਾ ਤੋਂ ਪਾਰ ਹੋਣ ਦਾ ਇੰਤਜ਼ਾਮ ਭਾਈ ਦਇਆ ਸਿੰਘ ਸਾਹਿਬ ਨੂੰ ਕਰਨ ਵਾਸਤੇ ਹੁਕਮ ਕਰ ਦਿੱਤਾ। ਇੱਥੇ ਸਤਿਗੁਰਾਂ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ। ਤਿੰਨਾਂ ਹਿੱਸਿਆਂ ਵਿੱਚ ਸਤਿਗੁਰਾਂ ਦਾ ਪਰਿਵਾਰ ਵੰਡਿਆ ਗਿਆ। ਸਤਿਗੁਰੂ ਤੇ ਕੁਝ ਕੁ ਖਾਲਸੇ ਸਰਸਾ ਤੋਂ ਪਾਰ ਹੋ ਕੇ ਕੋਟਲੇ ਪਠਾਣਾ ਵਿੱਚ ਭਾਈ ਨਿਹੰਗ ਖਾਂ ਦੇ ਕੋਲ ਪਹੁੰਚ ਗਏ। ਭਾਈ ਨਿਹੰਗ ਖਾਂ ਦੇ ਸਾਰੇ ਪਰਿਵਾਰ ਨੇ ਸਤਿਗੁਰਾਂ ਦੇ ਚਰਨਾਂ ਉੱਤੇ ਮੱਥਾ ਟੇਕਿਆ। ਸਤਿਗੁਰਾਂ ਨੂੰ ਇੱਕ ਕਮਰੇ ਵਿੱਚ ਸੁੰਦਰ ਪਣਗੇ ਉੱਤੇ ਬਿਠਾ ਦਿੱਤਾ। ਜ਼ਖਮੀ ਹੋਏ ਖਾਲਸਿਆਂ ਦੀ ਦਾਰੂ ਪੱਟੀ ਰਾਹੀਂ ਭਾਈ ਨਿਹੰਗ ਖਾਂ ਦਾ ਪਰਿਵਾਰ ਸੇਵਾ ਕਰਨ ਲੱਗਾ। ਇੱਧਰ ਸਾਹਿਬਜ਼ਾਦਾ ਅਜੀਤ ਸਿੰਘ ਜਦ ਪਿੜ ਛੱਡ ਕੇ ਵਾਪਸ ਆ ਰਹੇ ਸਨ, ਉਹਨਾਂ ਦੀ ਨਜ਼ਰ ਪਿਆ ਬਾਬਾ ਬਚਿੱਤਰ ਸਿੰਘ ਸਾਹਿਬ ਕਾਇਲ ਹੋਇਆ ਧਰਤੀ ਉੱਤੇ ਲੇਟਿਆ ਹੋਇਆ ਆਪਣੇ ਘੋੜੇ ਦੇ ਅੱਗੇ ਬਿਠਾ ਲਿਆ। ਲੈ ਕੇ ਤੁਰ ਪਏ ਕੋਟਲੇ ਨਗਰ ਵੱਲ ਨੂੰ। ਪਹੁੰਚ ਗਏ ਕੋਟਲੇ ਨਗਰ ਵਿੱਚ, ਪਾਤਸ਼ਾਹ ਦੇ ਖਾਲਸਿਆਂ ਨੇ ਉਤਾਰਿਆ ਬਾਬਾ ਬਚਿੱਤਰ ਸਿੰਘ ਸਾਹਿਬ ਨੂੰ ਘੋੜੇ ਉੱਤੋਂ, ਸਤਿਗੁਰਾਂ ਦੇ ਸਾਹਮਣੇ ਲਿਟਾ ਦਿੱਤਾ। ਸਤਿਗੁਰੂ ਵੇਖ ਰਹੇ ਸਨ ਉਹ ਮਹਾਨ ਜਰਨਲ ਜਿਹੜਾ ਖੂਨੀ ਹਾਥੀ ਦਾ ਮੁਕਾਬਲਾ ਕਰਨ ਵਾਲਾ, ਉਹਨੂੰ ਜਿੱਤ ਕਰਨ ਵਾਲਾ, ਅੱਜ ਜ਼ਖਮਾਂ ਦੀ ਤਾਪ ਨਾ ਚੱਲਦਾ ਹੋਇਆ ਧਰਤੀ ਉੱਤੇ ਲੇਟਿਆ ਪਿਆ ਹੈ। ਇੰਨੇ ਚਿਰਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਨੇ ਬੇਨਤੀ ਕੀਤੀ, ਮਹਾਰਾਜ ਸਾਡਾ ਇੱਥੇ ਬਹੁਤਾ ਲੰਮਾ ਸਮਾਂ ਰੁਕਣਾ ਚੰਗਾ ਨਹੀਂ, ਇਸ ਭਾਈ ਬਚਿੱਤਰ ਸਿੰਘ ਸਾਹਿਬ ਦੀ ਸੌਂਪਣਾ ਆਪਾਂ ਭਾਈ ਨਿਹੰਗ ਖਾਂ ਨੂੰ ਕਰ ਚੱਲੀਏ। ਸਤਿਗੁਰਾਂ ਨੇ ਭਾਈ ਦਇਆ ਸਿੰਘ ਸਾਹਿਬ ਨੂੰ ਅੱਗੇ ਚੱਲਣ ਦਾ ਹੁਕਮ ਦੇ ਦਿੱਤਾ। ਮਾਰੀ ਆਵਾਜ਼ ਭਾਈ ਨਿਹੰਗ ਖਾਂ ਨੂੰ ਪਕੜ ਕੇ ਬਾਬਾ ਬਚਿੱਤਰ ਸਿੰਘ ਸਾਹਿਬ ਦੀ ਬਾਂਹ ਪਕੜਾਉਂਦਿਆਂ ਹੋਇਆਂ ਭਾਈ ਨਿਹੰਗ ਖਾਂ ਨੂੰ ਆਪਣੀ ਪਵਿੱਤਰ ਰਸਨਾ ਤੋਂ ਜੋ ਬੋਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਹੇ, ਨਿਹੰਗ ਖਾਂ ਇਹ ਮੈਨੂੰ ਜਾਣ ਤੋਂ ਵੀ ਪਿਆਰਾ ਖਾਲਸਾ ਹੈ, ਇਹਦੀ ਸੇਵਾ ਮੇਰਾ ਰੂਪ ਸਮਝ ਕੇ ਕਰਨੀ ਹੈ। ਜੇ ਕਦੇ ਇਹਦੇ ਪ੍ਰਾਣ ਪਰਮਾਤਮਾ ਨੂੰ ਮਨਜ਼ੂਰ ਹੋਏ, ਇਹਦੀ ਜ਼ਿੰਦਗੀ ਹੋਰ ਹੋਈ ਤੇ ਇਹ ਸਿੱਖੀ ਵਾਸਤੇ ਬੜੀ ਵੱਡੀ ਸੇਵਾ ਕਰੇਗਾ। ਭਾਈ ਬਚਿੱਤਰ ਸਿੰਘ ਸਾਹਿਬ ਦੀ ਸੌਂਪਣਾ ਕਰਦਿਆਂ ਹੋਇਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜੋ ਬੋਲ ਕਹੇ, ਉਹਨਾਂ ਬੋਲਾਂ ਨੂੰ ਕਵੀਸ਼ਰ ਦਲਬੀਰ ਸਿੰਘ ਦੇ ਸਾਥੀ ਹੈ ਇੰਜ ਬਿਆਨ ਕਰ ਰਹੇ ਹਨ। ਖਾਨ ਸਾਹਿਬ ਮੇਰੇ ਦਿਲ ਦਾ ਟੁਕੜਾ ਅਣਖੀ ਸਿੰਘ ਸੁਦਾਵੇ, ਲੋੜ ਪੈਣ ਤੇ ਮਰਦ ਸੂਰਮਾ ਇੱਕ ਤੋਂ ਦਸ ਹੋ ਜਾਵੇ। ਇਹਨਾਂ ਦੇ ਪਰਿਵਾਰ ਸਾਰੇ ਦਾ ਅੰਤ ਨਹੀਂ ਕੋਈ ਆਉਂਦਾ, ਖਾਨ ਸਾਹਿਬ ਜੀ ਸਮਝ ਕੇ ਮੈਨੂੰ ਸੇਵਾ ਰਹੀ ਕਮਾਉਂਦਾ। ਖਾਨ ਸਾਹਿਬ ਮੇਰੇ ਦਿਲ ਦਾ ਟੁਕੜਾ ਅਣਖੀ ਸਿੰਘ ਸੁਦਾਵੇ, ਲੋੜ ਪੈਣ ਤੇ ਮਰਦ ਸੂਰਮਾ ਇੱਕ ਤੋਂ ਦਸ ਹੋ ਜਾਵੇ। ਇਹਨਾਂ ਦੇ ਪਰਿਵਾਰ ਸਾਰੇ ਦਾ ਅੰਤ ਨਹੀਂ ਕੋਈ ਆਉਂਦਾ, ਸਮਝ ਕੇ ਮੈਨੂੰ ਸੇਵਾ ਰਹੀ ਕਮਾਉਂਦਾ। ਏਰ ਠੋਰ ਮਰਦ ਮੁਲਤਨੀ ਸ਼ੇਰ ਬਚਿੱਤਰ ਸੂਰਾ, ਜਿਸ ਨੇ ਡੇਗ ਪਹਾੜ ਹਿੰਕੜੀ ਕਰਤੇ ਚੂਰਾ ਚੂਰਾ, ਕਰਕੇ ਸਾਫ ਤੂੰ ਜ਼ਖਮ ਇਸ ਦੇ ਮਰ ਮਰ ਹੀ ਲਗਾਉਂਦਾ। ਖਾਨ ਸਾਹਿਬ ਜੀ ਸਮਝ ਕੇ ਮੈਨੂੰ ਸੇਵਾ ਰਹੀ ਕਮਾਉਂਦਾ। ਤਾਰੀ ਸਾਡੀ ਤੋਂ ਨਿਬੈ
ਖਾਤਰ ਜੋ ਤੂੰ ਹਿੰਮਤ ਕੀਤੀ।
ਸੇਵਾ ਰਹੀ ਸੇਵਾ ਰਹੀ ਸੇਵਾ ਰਹੀ ਕਮਾਉਂਦਾ। ਆਪ ਸੋਚ ਰਹੇ ਹੋਵੋਗੇ ਕੀ ਭਾਈ ਬਚਿੱਤਰ ਸਿੰਘ ਸਾਹਿਬ ਸਤਿਗੁਰਾਂ ਨੂੰ ਇੰਨਾ ਪਿਆਰਾ ਸੀ ਕੀ ਇਹਦੀ ਦੂਸਰੇ ਖਾਲਸਿਆਂ ਨਾਲੋਂ ਵੱਧ ਕੁਰਬਾਨੀ ਸੀ। ਹਾਂ, ਭਾਈ ਬਚਿੱਤਰ ਸਿੰਘ ਸਾਹਿਬ ਦੇ ਪਰਿਵਾਰ ਦੀ ਇਤਿਹਾਸ ਵਿੱਚ, ਗੁਰੂ ਪਾਤਸ਼ਾਹ ਦੇ ਇਤਿਹਾਸ ਵਿੱਚ ਬੜੀ ਵੱਡੀ ਕੁਰਬਾਨੀ ਹੈ। ਇਤਿਹਾਸ ਦੱਸਦਾ ਹੈ ਕਿ ਭਾਈ ਮਨੀ ਸਿੰਘ ਸਾਹਿਬ ਹੋਣੀ 12 ਭਰਾ ਸਨ, ਭਾਈ ਮਾਈ ਦਾਸ ਦੇ ਪੁੱਤਰ, ਜਿਨ੍ਹਾਂ ਵਿੱਚੋਂ 11 ਨੇ ਸ਼ਹੀਦੀ ਪਾਈ ਸਿੱਖੀ ਵਾਸਤੇ। ਭਾਈ ਮਨੀ ਸਿੰਘ ਸਾਹਿਬ ਦੇ 10 ਪੁੱਤਰ ਸਨ, ਜਿਨ੍ਹਾਂ ਵਿੱਚੋਂ 7 ਨੇ ਸ਼ਹੀਦੀ ਪਾਈ ਸਿੱਖੀ ਵਾਸਤੇ। ਰਣਧੀਰ ਸਿੰਘ ਜੀ ਸੰਭਲ ਭਾਈ ਮਨੀ ਸਿੰਘ ਸਾਹਿਬ ਦਾ ਜੀਵਨ ਲਿਖਦਿਆਂ ਹੋਇਆਂ ਲਿਖਦੇ ਨੇ ਕਿ 62 ਜੀਆਂ ਨੇ ਭਾਈ ਮਨੀ ਸਿੰਘ ਸਾਹਿਬ ਦੇ ਪਰਿਵਾਰ ਦਿਆਂ ਨੇ ਸਿੱਖੀ ਵਾਸਤੇ ਸ਼ਹੀਦੀ ਪਾਈ। ਵਿਸਥਾਰ ਵਿੱਚ ਜਾਣ ਦਾ ਸਮਾਂ ਨਹੀਂ, ਫਿਰ ਕਦੇ ਭਾਈ ਮਨੀ ਸਿੰਘ ਸਾਹਿਬ ਦਾ ਜੀਵਨ ਪੂਰੀ ਇੱਕ ਕਾਸਟ ਰਾਹੀਂ ਤੁਹਾਡੀ ਸੇਵਾ ਵਿੱਚ ਪੇਸ਼ ਕਰਾਂਗੇ। ਅਤੇ ਦੂਸਰਾ, ਇਹ ਮੁਸਲਮਾਨ ਕੌਮ ਵਿੱਚ ਪੈਦਾ ਹੋਇਆ ਭਾਈ ਨਿਹੰਗ ਖਾਂ, ਜਿਹਦਾ ਪਰਿਵਾਰ 6ਵੇਂ ਪਾਤਸ਼ਾਹ ਤੋਂ ਸਿੱਖੀ ਵਿੱਚ ਆਇਆ ਸੀ, ਸ਼ਮਸ਼ ਖਾਂ 6ਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਸਨ, ਨੁਰੰਗਾ ਖਾਂ ਨੇ ਵੀ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕੀਤੇ ਸਨ। ਇਸ ਤੋਂ ਬਾਅਦ ਭਾਈ ਨਿਹੰਗ ਖਾਂ ਵੀ 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਦਾ ਸ਼ਰਧਾਲੂ ਸੀ, ਤਾਂ ਸਤਿਗੁਰੂ ਸੌਂਪਣਾ ਕਰਕੇ ਅੱਗੇ ਵੱਲ ਨੂੰ ਤੁਰ ਪਏ। ਭਾਈ ਨਿਹੰਗ ਖਾਂ ਦਾ ਪਰਿਵਾਰ, ਬੇਟੀ ਮਮਤਾਜ ਅਤੇ ਨਿਹੰਗ ਖਾਂ ਦੀ ਧਰਮ ਸੁਪਤਨੀ, ਭਾਈ ਬਚਿੱਤਰ ਸਿੰਘ ਸਾਹਿਬ ਦੇ ਜ਼ਖਮ ਸਾਫ਼ ਕਰ ਕਰਕੇ ਨਿਰੰਕਾਰ ਦੇ ਚਰਨਾਂ ਵਿੱਚ ਅਰਦਾਸਾਂ ਕਰ ਰਹੇ ਸਨ। ਉੱਧਰ ਕਿਸੇ ਚੁਗਲਖੋਰ ਨੇ ਰੋਪੜ ਦੇ ਨਵਾਬ ਕੋਲ ਜਾਫਰ ਅਲੀ ਖਾਂ ਕੋਲ ਜਾ ਕੇ ਚੁਗਲੀ ਲਾਈ ਕਿ ਮੈਂ ਨਿਹੰਗ ਖਾਂ ਦੀ ਹਵੇਲੀ ਵਿੱਚ ਸਿੱਖ ਅਤੇ ਸਿੱਖਾਂ ਦਾ ਗੁਰੂ ਵੇਖ ਕੇ ਆਇਆ ਹਾਂ, ਜਾਫਰ ਖਾਂ ਪਕੜ ਲੈ, ਲੈ ਲੈ ਇਨਾਮ ਬਾਦਸ਼ਾਹ ਕੋਲੋਂ। ਜਾਫਰ ਖਾਂ ਨੇ ਉਸੇ ਵੇਲੇ ਲੈ ਸਿਪਾਹੀ ਅਤੇ ਕੋਟਲੇ ਨਗਰ ਵੱਲ ਨੂੰ ਤੁਰ ਪਿਆ। ਭਾਈ ਨਿਹੰਗ ਖਾਂ ਦੀ ਹਵੇਲੀ ਨੂੰ ਆ ਕੇ ਘੇਰਾ ਕੱਤ ਲਿਆ। ਭਾਈ ਨਿਹੰਗ ਖਾਂ ਗਿਆ ਦਰਵਾਜ਼ੇ ਉੱਤੇ, ਜਾਫਰ ਖਾਂ ਨੇ ਆਖਿਆ ਮੈਨੂੰ ਸ਼ੱਕ ਹੈ ਤੇਰੇ ਘਰ ਵਿੱਚ ਸਿੱਖਾਂ ਦਾ 10ਵਾਂ ਗੁਰੂ ਆਇਆ ਹੈ। ਨਿਹੰਗ ਖਾਂ ਨੇ ਖੋਲ੍ਹ ਦਿੱਤਾ ਦਰਵਾਜ਼ਾ। ਸਾਰੀ ਹਵੇਲੀ ਦੀ ਤਲਾਸ਼ੀ ਕਰਨ ਤੋਂ ਬਾਅਦ ਜਿਸ ਕਮਰੇ ਵਿੱਚ ਭਾਈ ਬਚਿੱਤਰ ਸਿੰਘ ਸਾਹਿਬ ਜ਼ਖਮੀ ਹੋਇਆ ਪਿਆ ਸੀ ਅਤੇ ਭਾਈ ਨਿਹੰਗ ਖਾਂ ਦੀ ਬੱਚੀ ਬੇਟੀ ਮਮਤਾਜ ਉਹਦੀ ਸੇਵਾ ਵਿੱਚ ਸੀ, ਉਸ ਕਮਰੇ ਦੇ ਦਰਵਾਜ਼ੇ ਵੱਲ ਨੂੰ ਵਧਣ ਲੱਗਾ। ਭਾਈ ਨਿਹੰਗ ਖਾਂ ਨੇ ਮੱਥੇ ਉੱਤੇ ਵੱਟ ਪਾ ਕੇ ਆਖਿਆ ਜਾਫਰ ਖਾਂ ਇਸ ਕਮਰੇ ਦੀ ਤਲਾਸ਼ੀ ਤੁਸੀਂ ਨਹੀਂ ਕਰ ਸਕਦੇ। ਜਾਫਰ ਖਾਂ ਨੇ ਆਖਿਆ ਕਿਉਂ? ਭਾਈ ਨਿਹੰਗ ਖਾਂ ਨੇ ਆਖਿਆ ਇਸ ਕਮਰੇ ਵਿੱਚ ਮੇਰਾ ਧੀ ਤੇ ਜਵਾਈ ਰਹਿੰਦੇ ਨੇ, ਮੇਰੇ ਦਮਾਦ ਨੂੰ ਕਿਸੇ ਐਸੀ ਬਿਮਾਰੀ ਨੇ ਗ੍ਰਸਿਆ, ਉਹਦੇ ਕਾਰਨ ਧੀ ਤੇ ਜਵਾਈ ਨੇ ਸਦਰ ਰੱਖੀ ਹੋਈ ਹੈ, ਕਿਸੇ ਦੇ ਮੱਥੇ ਨਹੀਂ ਲੱਗਦੇ। ਜੇ ਤੂੰ ਚਾਹੇ ਤੇ ਤੇਰੇ ਨਾਲ ਗੱਲਬਾਤ ਕਰਵਾ ਦਿੱਤੀ ਜਾਏਗੀ। ਅੰਦਰ ਬੇਟੀ ਮਮਤਾਜ ਨੇ ਜਦ ਬਾਪੂ ਦੇ ਮੁੱਖ ਤੋਂ ਇਹ ਗੱਲ ਸੁਣੀ ਕਿ ਕਮਰੇ ਵਿੱਚ ਧੀ ਤੇ ਜਵਾਈ ਰਹਿੰਦੇ ਨੇ, ਬੇਟੀ ਮਮਤਾਜ ਨੇ ਉਸੇ ਵੇਲੇ ਜੋੜ ਕੇ ਹੱਥ ਭਾਈ ਬਚਿੱਤਰ ਸਿੰਘ ਸਾਹਿਬ ਦੇ ਚਰਨਾਂ ਉੱਤੇ ਮੱਥਾ ਟੇਕ ਦਿੱਤਾ। ਮਾਨੋ ਉਹਨੇ ਆਪਣੀ ਆਤਮਾ ਭਾਈ ਬਚਿੱਤਰ ਸਿੰਘ ਸਾਹਿਬ ਦੇ ਸਮਰਪਿਤ ਕਰ ਦਿੱਤੀ। ਨਿਹੰਗ ਖਾਂ ਨੇ ਜਾਫਰ ਖਾਂ ਨੂੰ ਆਖਿਆ ਜੇ ਤੂੰ ਚਾਹੇ ਤੇਰੇ ਨਾਲ ਗੱਲਬਾਤ ਕਰਵਾ ਦਿੱਤੀ ਜਾਏਗੀ। ਮਾਰੀ ਆਪਣੀ ਬੇਟੀ ਨੂੰ ਆਵਾਜ਼, ਬੇਟੀ ਮਮਤਾਜ ਬਾਹਰ ਖਾਨ ਸਾਹਿਬ ਆਏ ਹੋਏ ਨੇ। ਹਾਂ ਅੱਬਾ ਜੀ, ਭਾਈ ਨਿਹੰਗ ਖਾਂ ਨੇ ਆਖਿਆ ਬੇਟਾ ਜੇ ਮੇਰੇ ਦਮਾਦ ਦੀ ਹਾਲਤ ਠੀਕ ਹੈ, ਤੇਰੇ ਖਾਵਨ ਦੀ ਹਾਲਤ ਠੀਕ ਹੈ ਤੇ ਜਾਫਰ ਖਾਂ ਨਾਲ ਗੱਲਬਾਤ ਕਰਵਾ ਦਿੱਤੀ ਜਾਏ। ਬਾਪੂ ਨੇ ਆਪਣੀ ਬੱਚੀ ਨੂੰ ਆਵਾਜ਼ ਮਾਰ ਕੇ ਕੀ ਪੁੱਛਿਆ ਤੇ ਸਿਆਣੀ ਬੱਚੀ ਨੇ ਬਾਪੂ ਦੀਆਂ ਗੱਲਾਂ ਦਾ ਕੀ ਜਵਾਬ ਦਿੱਤਾ? ਡਬਲ ਦੁਤਾਰੇ ਛੰਦ ਵਿੱਚ, ਕਵੀਸ਼ਰੀ ਵਿੱਚ ਡਬਲ ਦੁਤਾਰਾ ਇੰਜ ਬਿਆਨ ਕੀਤਾ ਜਾ ਰਿਹਾ ਹੈ। ਹੱਸ ਕੇ ਹਾਂ ਨਿਹੰਗ ਖਾਂ ਨੇ, ਸ਼ਾਹ ਜੀ ਲੜਕੀ ਤੋਂ ਪੁੱਛ ਲੈਨਾ, ਜੇ ਸੁੱਤਾ ਦਮਾਦ ਨਹੀਂ ਉਸ ਨੂੰ ਹੁਣੇ ਉਠਾ ਕੇ ਕਹਿਨਾ, ਜਰਾ ਲੱਗੇ ਮੁਮਤਾਜ ਬਤਾ ਮੈਨੂੰ, ਪਰ ਖੁਰਦਾਰ ਸੁੱਤਾ ਕੇ ਜਾਗੇ, ਮੁਮਤਾਜ ਬਤਾ ਮੈਨੂੰ ਪਰ ਖੁਰ
ਲਈ ਅਸੁਰ ਦਵਾਈ ਬਦਲਿਆ ਚਿਹਰਾ ਹੈ ਮਸਾਂ ਆਰਾਮ ਲਿਆ ਸੁਖੀ ਹੋ ਸੌਰਿਆ ਹੈ ਜਨ ਮੇਰਾ ਹੈ ਮਸਾਂ ਆਰਾਮ ਲਿਆ ਸੁਖੀ ਹੋ ਸੌਰਿਆ ਹੈ ਜਨ ਮੇਰਾ ਹੱਸ ਕਿਹਾ ਨਿਹੰਗ ਖਾਂ ਨੇ ਸ਼ਾਦੀ ਲੜਕੀ ਤੂੰ ਪੁੱਛ ਲੈਨਾ ਜੇ ਸੁੱਤਾ ਦਮਾਦ ਨਹੀਂ ਉਸ ਨੂੰ ਹੁਣੇ ਉਠਾ ਕੇ ਕਹਿਨਾ ਜਰਾ ਹੋ ਲਾਗੇ ਮੁਮਤਾਜ ਬਤਾ ਮੈਨੂੰ ਬਰ ਖੁਰਦਾਰ ਸੁੱਤਾ ਕੇ ਜਾਗੇ ਮੁਮਤਾਜ ਬਤਾ ਮੈਨੂੰ ਬਰ ਖੁਰਦਾਰ ਸੁੱਤਾ ਕੇ ਜਾਗੇ ਅੱਬਾ ਜੀ ਦਿਲ ਸਾਰਾ ਵਿਲਕਦਾ ਰਿਹਾ ਨੀਂਦ ਨਹੀਂ ਆਈ ਥੋੜਾ ਚਿਰ ਹੋ ਗਿਆ ਹੈ ਇਸ ਨੂੰ ਕਰ ਗਈ ਅਸੁਰ ਦਵਾਈ ਬਦਲਿਆ ਚਿਹਰਾ ਹੈ ਮਸਾਂ ਆਰਾਮ ਲਿਆ ਸੁਖੀ ਹੋ ਸੌਰਿਆ ਹੈ ਜਨ ਮੇਰਾ ਹੈ ਮਸਾਂ ਆਰਾਮ ਲਿਆ ਸੁਖੀ ਹੋ ਸੌਰਿਆ ਹੈ ਜਨ ਮੇਰਾ ਸ਼ਾਜੀਤ ਸਦਰ ਰੱਖੇ ਸ਼ਾਜੀਤ ਸਦਰ ਰੱਖੇ ਹੋ ਰਹਿੰਦਾ ਕੋਲ ਦਮਾਦ ਹਮਾਰਾ ਨਾ ਗੁਰੂ ਵੇਖਿਆ ਹੈ ਹੋ ਨਾ ਕੋਈ ਵੇਖਿਆ ਸਿੱਖ ਵਿਚਾਰਾ ਨਾ ਗੁਰੂ ਵੇਖਿਆ ਹੈ ਨਾ ਕੋਈ ਵੇਖਿਆ ਸਿੱਖ ਵਿਚਾਰਾ ਲੰਘ ਗਏ ਅੱਗੇ ਮੁਮਤਾਜ ਬਤਾ ਮੈਨੂੰ ਬਰ ਖੁਰਦਾਰ ਸੁੱਤਾ ਕੇ ਜਾਗੇ ਮੁਮਤਾਜ ਬਤਾ ਮੈਨੂੰ ਬਰ ਖੁਰਦਾਰ ਸੁੱਤਾ ਕੇ ਜਾਗੇ ਮੈਂ ਸੇਵਾ ਕਰਦੀ ਹਾਂ ਓ ਮੈਂ ਸੇਵਾ ਕਰਦੀ ਹਾਂ ਬਣ ਕੇ ਤੇ ਚਰਨਾਂ ਦੀ ਦਾਸੀ ਉੱਠ ਕੇ ਤੁਰ ਸਕਦਾ ਨਹੀਂ ਉਸ ਦੇ ਚਿਹਰੇ ਉੱਪਰ ਉਦਾਸੀ ਕਹਾਂ ਬਥੇਰਾ ਹੈ ਮਸਾਂ ਆਰਾਮ ਲਿਆ ਸੁਖੀ ਹੋ ਸੌਰਿਆ ਹੈ ਜਨ ਮੇਰਾ ਹੈ ਮਸਾਂ ਆਰਾਮ ਲਿਆ ਸੁਖੀ ਹੋ ਸੌਰਿਆ ਹੈ ਜਨ ਮੇਰਾ ਬੇਟਾ ਅੱਖਾਂ ਕਹਿੰਦੇ ਨੇ ਥੋੜਾ ਬੋਲ ਪਵੇ ਤੇ ਦੱਸਣਾ ਬੇਸੁਰਤੀ ਸੁਰਤ ਕਰੇ ਸ਼ਾਜੀ ਇਹ ਕੰਮ ਸਾਡੇ ਵਸ ਨਾ ਕਰਮ ਠੱਗ ਭਾਗੇ ਮੁਮਤਾਜ ਬਤਾ ਮੈਨੂੰ ਬਰ ਖੁਰਦਾਰ ਸੁੱਤਾ ਕੇ ਜਾਗੇ ਮੁਮਤਾਜ ਬਤਾ ਮੈਨੂੰ ਬਰ ਖੁਰਦਾਰ ਸੁੱਤਾ ਕੇ ਜਾਗੇ ਅੱਬਾ ਜੀ ਬੋਲਣ ਨਾ ਮੇਰੀ ਜ਼ਿੰਦਗੀ ਦੇ ਹਮਸਾਏ ਅੱਲਾ ਹੀ ਮਾਰ ਕਰੇ ਗੋਡੇ ਦਿਨ ਮੇਰੇ ਤੇ ਆਏ ਅੱਲਾ ਹੀ ਮਿਹਰ ਕਰੇ ਖੋਟੇ ਦਿਨ ਮੇਰੇ ਤੇ ਆਏ ਦੁਖੀ ਚਫੇਰਾ ਹੈ ਮਸਾਂ ਆਰਾਮ ਲਿਆ ਸੁਖੀ ਹੋ ਸੌਰਿਆ ਹੈ ਜਨ ਮੇਰਾ ਹੈ ਮਸਾਂ ਆਰਾਮ ਲਿਆ ਸੁਖੀ ਹੋ ਸੌਰਿਆ ਹੈ ਜਨ ਮੇਰਾ ਦਰਵਾਜ਼ੇ ਤੇਰੇ ਖਾਂ ਇਸਲਾਮੀ ਮਿੱਤਰ ਤੂੰ ਸਾਨੂੰ ਇਸ ਭੁਲੇਖਾ ਪਾਇਆ ਆ ਗੇ ਭਾਗੇ ਮੁਮਤਾਜ ਬਤਾ ਮੈਨੂੰ ਬਰ ਖੁਰਦਾਰ ਸੁੱਤਾ ਕੇ ਜਾਗੇ ਮੁਮਤਾਜ ਬਤਾ ਮੈਨੂੰ ਬਰ ਖੁਰਦਾਰ ਸੁੱਤਾ ਕੇ ਜਾਗੇ ਕਈ ਦੌੜੇ ਫਿਰਦੇ ਨੇ ਇੱਥੇ ਸਿੱਖ ਬੰਦੇ ਸਰਕਾਰੀ ਕਰਦੇ ਪਰਵਾਹ ਨਹੀਂ ਸਾਨੂੰ ਉਹ ਬਹੁਤੇ ਹੀ ਹੰਕਾਰੀ ਮਰਦ ਪਲੇਰਾ ਹੈ ਮਸਾਂ ਆਰਾਮ ਲਿਆ
ਸੁਖੀ ਹੋ ਸੌਰਿਆ ਹੈ ਜਨ ਮੇਰਾ ਹੈ ਮਸਾ ਆਰਾਮ ਲਿਆ। ਸੁਖੀ ਹੋ ਸੌਰਿਆ ਹੈ ਜਨ ਮੇਰਾ ਫੜਨਾ ਗੋਬਿੰਦ ਸਿੰਘ ਨੂੰ ਸਾਰੇ ਖਾਨ ਹੈਂਕੜੀ ਕਹਿੰਦੇ ਉਹ ਕਸਮਾਂ ਖਾ ਗਏ ਮੁਮਤਾਜ ਬਤਾ ਮੈਨੂੰ ਬਰਖੁਰਦਾਰ ਸੁਤਾ ਕੇ ਜਾਗੇ ਮੁਮਤਾਜ ਬਤਾ ਮੈਨੂੰ ਬਰਖੁਰਦਾਰ ਸੁਤਾ ਕੇ ਜਾਗੇ ਮੇਰੇ ਧੀ ਜਵਾਈ ਜੋ ਰੱਖ ਕੇ ਸਦਰ ਅੰਦਰ ਹਨ ਸੁੱਤੇ ਤੋਹੀਨ ਕਰੋ ਸਾਡੀ ਹੋ ਕੇ ਤੇ ਅਸਲਾਮੀ ਕੁੱਤੇ ਨਹੀਂ ਕਰਮ ਚੰਗੇਰਾ ਹੈ ਮਸਾ ਆਰਾਮ ਲਿਆ। ਸੁਖੀ ਹੋ ਸੌਰਿਆ ਹੈ ਜਨ ਮੇਰਾ ਹੈ ਮਸਾ ਆਰਾਮ ਲਿਆ। ਸੁਖੀ ਹੋ ਸੌਰਿਆ ਹੈ ਜਨ ਮੇਰਾ। ਬਾਪ ਤੇ ਬੇਟੀ ਦੀਆਂ ਗੱਲਾਂ ਤੋਂ ਅੰਦਾਜ਼ਾ ਲਾ ਲਿਆ ਜਾਫਰ ਖਾਨ ਨੇ ਕਿ ਵਾਕਿਆ ਹੀ ਇਹਦੇ ਘਰ ਵਿੱਚ ਧੀ ਤੇ ਜਵਾਈ ਨੇ, ਮੁਆਫੀ ਮੰਗ ਕੇ ਚੱਲਦਾ ਬਣਿਆ। ਇੱਧਰ ਭਾਈ ਨਿਹੰਗ ਖਾਨ ਦੇ ਪਰਿਵਾਰ ਨੇ ਬੜੀ ਸੇਵਾ ਕੀਤੀ ਬਾਬਾ ਬਚਿੱਤਰ ਸਿੰਘ ਸਾਹਿਬ ਦੀ ਜਾਨ ਬਚਾਉਣ ਵਾਸਤੇ, ਪਰ ਨਿਰੰਕਾਰ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਭਾਈ ਬਚਿੱਤਰ ਸਿੰਘ ਸਾਹਿਬ ਦੀ ਰੂਹ ਉਡਾਰੀ ਮਾਰ ਗਈ, ਬਹੁਤ ਅਕੇਲਾ ਰਹਿ ਗਿਆ। ਸ਼ਨੀਵਾਰ 9 ਪੋਹ ਨੂੰ ਭਾਈ ਬਚਿੱਤਰ ਸਿੰਘ ਸਾਹਿਬ ਭਾਈ ਨਿਹੰਗ ਖਾਨ ਦੀ ਹਵੇਲੀ ਵਿੱਚ ਸ਼ਹੀਦੀ ਪਾ ਗਏ। ਭਾਈ ਨਿਹੰਗ ਖਾਨ ਨੇ ਕੋਲ ਵਸਦੇ ਦੋ ਸਿੱਖ ਗੁਰਸਾ ਸਿੰਘ ਤੇ ਬੱਗਾ ਸਿੰਘ ਨੂੰ ਸੱਦ ਕੇ ਸਿੱਖੀ ਰਵਾਇਤਾਂ, ਭਾਈ ਬਚਿੱਤਰ ਸਿੰਘ ਸਾਹਿਬ ਦਾ ਅੰਤਮ ਸੰਸਕਾਰ ਆਪਣੀ ਹਵੇਲੀ ਦੀ ਇੱਕ ਗੁੱਠ ਵਿੱਚ ਕਰ ਦਿੱਤਾ। ਭਾਈ ਬਚਿੱਤਰ ਸਿੰਘ ਸਾਹਿਬ ਦੇ ਸ਼ਸਤਰ ਤੇ ਵਸਤਰ ਭਾਈ ਨਿਹੰਗ ਖਾਨ ਦੀ ਬੱਚੀ ਨੇ ਆਪਣੇ ਕਬਜ਼ੇ ਵਿੱਚ ਨਿਸ਼ਾਨੀ ਵਜੋਂ ਲੈ ਲਏ। ਸਮਾਂ ਲੰਘਦਾ ਗਿਆ। ਇੱਕ ਦਿਨ ਭਾਈ ਨਿਹੰਗ ਖਾਨ ਨੇ ਆਪਣੇ ਪਰਿਵਾਰ ਵਿੱਚ ਸਲਾਹ ਕੀਤੀ ਕਿ ਬੇਟੀ ਜਵਾਨ ਹੋ ਗਈ ਹੈ, ਇਹਦੀ ਸ਼ਾਦੀ ਕਰ ਦਿੱਤੀ ਜਾਏ। ਸਿਆਣੀ ਬੱਚੀ ਨੇ ਜਦੋਂ ਬਾਪੂ ਦੇ ਬੋਲ ਸੁਣੇ, ਹੱਥ ਜੋੜ ਕੇ ਆਪਣੇ ਮਾਤਾ ਤੇ ਪਿਤਾ ਨੂੰ ਆਖਿਆ, ਬਾਪੂ ਕਰ ਉਹ ਵੇਲਾ ਯਾਦ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਖਾਲਸੇ ਦੀ ਜਾਨ ਬਚਾਉਣ ਵਾਸਤੇ ਜਾਫਰ ਖਾਨ ਨੂੰ ਤੋਂ ਬੋਲ ਕਹੇ ਸਨ। ਮੈਂ ਉਹਨਾਂ ਬੋਲਾਂ ਉੱਤੇ ਪਹਿਰਾ ਦਿੰਦਿਆਂ ਹੋਇਆ ਭਾਈ ਬਚਿੱਤਰ ਸਿੰਘ ਸਾਹਿਬ ਨੂੰ ਆਪਣੀ ਆਤਮਾ ਉਸ ਦਿਨ ਹੀ ਸਮਰਪਿਤ ਕਰ ਦਿੱਤੀ ਸੀ। ਮੈਂ ਭਾਈ ਬਚਿੱਤਰ ਸਿੰਘ ਸਾਹਿਬ ਦੇ ਢਾਲ ਦੇ, ਤਲਵਾਰ ਦੇ, ਪੁਸ਼ਾਕ ਦੇ, ਦਸਤਾਰ ਦੇ ਦਰਸ਼ਨ ਕਰਕੇ ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਆਰਾਧਨਾ ਕਰਦਿਆਂ ਗੁਜ਼ਾਰ ਦਾਂਗੀ, ਪਰ ਦੁਨਿਆਵੀ ਵਿਆਹ ਕਰਵਾਉਣ ਵਾਸਤੇ ਤਿਆਰ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸਿੱਖੀ ਵਿੱਚ ਨਿਪੁੰਨ ਹੋਈ, ਸਫਲ ਹੋਈ ਭਾਈ ਨਿਹੰਗ ਖਾਨ ਦੀ ਬੱਚੀ ਨੇ ਆਪਣੇ ਬਾਪੂ ਨੂੰ ਜੋ ਬੋਲ ਕਹੇ। ਦੁਤਾਰੇ ਛੰਦ ਵਿੱਚ ਦਲਬੀਰ ਸਿੰਘ ਗਿੱਲ, ਜੌੜ ਸਿੰਘ ਵਾਲੀਏ ਦੇ ਸਾਥੀ ਭਾਈ ਮਨਜੀਤ ਸਿੰਘ ਸੋਈ ਤੇ ਕਾਬਲ ਸਿੰਘ ਸੋਈ, ਜਿਨ੍ਹਾਂ ਆਵਾਜ਼ਾਂ ਨੂੰ ਕਲਗੀ ਤੋੜਾ ਕੈਸਟ ਰਾਹੀਂ ਆਪ ਜੀ ਸਰਵਣ ਕਰਦੇ ਰਹੇ, ਉਹੀ ਦੁਤਾਰੇ ਛੰਦ ਨੂੰ ਨਵੇਂ ਅੰਦਾਜ਼ ਵਿੱਚ, ਵੱਖਰੇ ਅੰਦਾਜ਼ ਵਿੱਚ ਇੰਝ ਬਿਆਨ ਕਰ ਰਹੇ ਹਨ। ਮੈਂ ਕਸਮਾਂ ਖਾ ਕੇ ਤੇ ਸੂਬੇ ਪਾਸ ਕਰੀ ਵਡਿਆਈ, ਸ਼ਾਹ ਜੀ ਇਸ ਕਮਰੇ 'ਚ ਕਿਆਸੀ ਰਹਿੰਦੇ ਧੀ ਜਵਾਈ। ਤੁਸਾਂ ਰਹਿਮਤ ਕੀਤੀ ਜੋ ਮੈਂ ਇਹ ਚੁੱਕ ਕੇ ਮਾਂਗ ਛੁਹਾਈ, ਅੱਬਾ ਜੀ ਥਾਂ ਥਾਂ ਤੇ ਲੜਕੀ ਜਾਂਦੀ ਨਹੀਂ ਵਿਆਹੀ। ਮੌਲਾ ਲਿਖਿਆ ਸੀ ਜੋ ਮੌਲਾ ਲਿਖਿਆ ਸੀ ਤੂੰ ਮੇਰੀ ਚੋਲੀ ਪਾਤਾ, ਉਹ ਪ੍ਰਾਣ ਤਿਆਗ ਗਿਆ ਖੁੱਟ ਲਿਖ
ਨਿਰੁੱਤਰ ਕਰ ਦਿੱਤਾ ਆਪਣੇ ਮਾਪਿਆਂ ਨੂੰ ਬੇਟੀ ਮਮਤਾਜ ਨੇ। ਮੈਂ ਕਹਿੰਦਾ ਧੰਨ ਹੈ ਭਾਈ ਨਿਹੰਖਾ ਤੇ ਉਹਦਾ ਪਰਿਵਾਰ ਜਿਨ੍ਹਾਂ ਦਸ਼ਮੇਸ਼ ਪਾਤਸ਼ਾਹ ਦੀ ਸੇਵਾ ਕੀਤੀ ਔਖੇ ਸਮੇਂ ਉੱਤੇ। ਇੱਥੇ ਲੋਕ ਵਿਪਤਾ ਵੇਲੇ ਆਪਣੇ ਸਾਥੀਆਂ ਨੂੰ ਆਪਣੇ ਸੱਜਣਾ ਮਿੱਤਰਾਂ ਨੂੰ ਛੱਡ ਜਾ ਕਰਦੇ ਨੇ। ਇੱਕ ਸ਼ਾਇਰ ਕਹਿੰਦਾ ਸਿਆਹ ਬਖਤੀ ਮੈਂ ਕਿਆ ਕੋਈ ਕਿਸੇ ਕਾ ਸਾਥ ਦਿੱਤਾ ਹੈ, ਜਵਾਬ ਆਉਂਦਾ ਕਿ ਤਾਰੀਕੀ ਮੈਂ ਸਾਇਆ ਵੀ ਇਨਸਾਨ ਸੇ ਜੁਦਾ ਹੋਤਾ ਹੈ। ਧੰਨ ਹੈ ਭਾਈ ਨਿਹੰਖਾ ਜਿਹਨੇ ਦਸ਼ਮੇਸ਼ ਪਾਤਸ਼ਾਹ ਦੀ ਤੇ ਖਾਲਸੇ ਦੀ ਸੇਵਾ ਰੱਜ ਰੱਜ ਕੇ ਕੀਤੀ ਤੇ ਸਤਿਗੁਰਾਂ ਦੇ ਸੁਨਹਿਰੀ ਇਤਿਹਾਸ ਵਿੱਚ ਆਪਣਾ ਨਾਂ ਲਿਖਾਇਆ। ਅੱਜ ਤੇ ਸਿੱਖ ਪਰਿਵਾਰਾਂ ਦੇ ਬੱਚੇ ਸਿੱਖੀ ਤੋਂ ਦੂਰ ਜਾ ਰਹੇ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਰਿਆਂ ਉੱਤੇ ਦਇਆ ਦ੍ਰਿਸ਼ਟੀ ਕਰਨ। ਇਹ ਇੱਕ ਕਹਾਣੀ ਨਹੀਂ, ਬੜਾ ਵੱਡਾ ਪਿਆਰ ਹੈ ਭਾਈ ਨਿਹੰਖਾਂ ਦਾ ਸਿੱਖੀ ਵਾਸਤੇ, ਜੋ ਆਪ ਜੀ ਦੀ ਸੇਵਾ ਵਿੱਚ ਪੇਸ਼ ਕਰ ਰਿਹਾ ਸੀ। ਕਮਿਸ਼ਨਰ ਜਥਾ ਭਾਈ ਦਲਬੀਰ ਸਿੰਘ ਗਿੱਲ, ਪਿੰਡ ਜੌੜ ਸਿੰਘ ਵਾਲਾ, ਸਾਥੀ ਭਾਈ ਮਨਜੀਤ ਸਿੰਘ ਸੋਈ ਤੇ ਕਾਬਲ ਸਿੰਘ ਸੋਈ, ਬੁਲਾਓ ਫਤਿਹ ਪਾਓ ਫਤਿਹ। ਗੁਰੂ ਪਾਤਸ਼ਾਹ ਨੂੰ ਸਦਾ ਯਾਦ ਰੱਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।